ਵਪਾਰੀਆਂ ਨੂੰ ਪੇਸ਼ ਆ ਰਹੀ ਮੁਸ਼ਕਿਲਾਂ ਨੂੰ ਲੈ ਕੇ ਕਾਂਗਰਸੀ ਵਪਾਰ ਸੰਘ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਬੇਦੀ ਅਤੇ ਕਾਂਗਰਸੀ ਲੀਡਰ ਸਿਮੀ ਪਾਸ਼ਾਨ ਵੱਲੋਂ ਵਪਾਰੀਆਂ ਨਾਲ ਇੱਕ ਬੈਠਕ ਕੀਤੀ ਗਈ। ਇਸ ਦੌਰਾਨ ਸਿਮੀ ਪਾਸ਼ਾਨ ਨੇ ਕਿਹਾ ਕਿ ਜੋ ਵੀ ਵਪਾਰੀਆਂ ਨੂੰ ਮੁਸ਼ਕਿਲਾਂ ਆ ਰਹੀਆਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ। ਉੱਥੇ ਇਸ ਮੌਕੇ ਉਹਨਾਂ ਨੇ ਵਪਾਰੀਆਂ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ। ਸਟੇਟ ਪ੍ਰੈਜ਼ੀਡੈਂਟ ਆਫ ਪੰਜਾਬ ਪ੍ਰਦੇਸ਼ ਕਾਂਗਰਸ ਵਪਾਰ ਸੈਲ ਮਹਿਲਾ, ਅੱਜ ਅਸੀਂ ਇੱਥੇ ਵਪਾਰ ਸੈੱਲ ਦੀ ਮੀਟਿੰਗ ਕੀਤੀ ਹੈਗੀ ਹੈ ਔਰ ਜਿਹਦੇ ਵਿੱਚ ਕਿ ਅਸੀਂ ਅਲੱਗ ਅਲੱਗ ਅਹੁਦੇਦਾਰੀਆਂ ਵੀ ਵੰਡੀਆਂ ਹੈਗੀਆਂ ਔਰ ਇਹਨਾਂ ਦੀਆਂ ਨਿਯੁਕਤੀਆਂ ਕਰਕੇ ਇਹਨਾਂ ਨੂੰ ਅਸੀਂ ਜ਼ਿੰਮੇਵਾਰੀਆਂ ਸੌਂਪੀਆਂ ਕਿ ਆਪਣੇ ਆਪਣੇ ਏਰੀਏ ਦੇ ਵਿੱਚ ਜੋ ਵੀ ਕੰਮ ਹੈਗਾ ਵੈ ਉਹ ਉਸਨੂੰ ਪੂਰੀ ਤਰ੍ਹਾਂ ਦੇ ਨਾਲ ਆਪਣੀ ਜ਼ਿੰਮੇਦਾਰੀ ਨੂੰ ਨਿਭਾਉਣ ਔਰ ਕਾਂਗਰਸ ਪਾਰਟੀ ਦੇ ਵਾਸਤੇ ਜੋ ਅੱਜ ਨੀਤੀਆਂ ਕਾਂਗਰਸ ਦੀਆਂ ਉਹਨਾਂ ਨੂੰ ਘਰ ਘਰ ਪਹੁੰਚਾਈਆਂ ਜਾਣ। ਸਾਡੇ ਬਹੁਤ ਹੀ ਹੋਣਹਾਰ ਮਿਲਨਸਾਰ ਔਰ ਮਿਹਨਤੀ ਉਮੀਦਵਾਰ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਅੱਜ ਚੁਣਾਵ ਦੇ ਮੈਦਾਨ 'ਚ ਨੇ ਔਰ ਅਸੀਂ ਸਾਰੇ ਮਿਲ ਕੇ ਇਹ ਆਸ਼ਵਾਸਨ ਦਿੰਦੇ ਹੈਗੇ ਹਾਂ ਕਿ ਅਸੀਂ ਦਿਨ ਰਾਤ ਇੱਕ ਕਰਕੇ ਹਰ ਵਕਤ ਬਿੱਟੂ ਜੀ ਦੇ ਨਾਲ ਡਟ ਕੇ ਖੜ੍ਹੇ ਹੈਗੇ ਹਾਂ ਔਰ ਇਸੀ ਦੇ ਤਹਿਤ ਇਹ ਸਾਰੀਆਂ ਨਿਯੁਕਤੀਆਂ ਕਰਕੇ ਇਹਨਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਨੇ ਕਿ ਵੀ ਇਹਨਾਂ ਦੇ ਉੱਤੇ ਆਪਣੀ ਮਿਹਨਤ ਦੇ ਨਾਲ ਆਪਣੇ ਆਪਣੇ ਏਰੀਏ ਦੇ ਵਿੱਚ ਕਾਂਗਰਸ ਪਾਰਟੀ ਦੇ ਜੋ ਵੀ ਕੰਮ ਹੈਗੇ ਆ ਉਹਨਾਂ ਨੂੰ ਸੰਭਾਲਣ ਔਰ ਲੋਕਾਂ ਦੀਆਂ ਆ ਰਹੀਆਂ ਦਿੱਕਤਾਂ ਜਿਹੜੀਆਂ ਹੈਗੀਆਂ ਉਹਨਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਜੋ ਵੀ ਕਦਮ ਚੁੱਕੇ ਜਾ ਸਕਦੇ ਹੈਗੇ ਆ ਉਹ ਕਦਮ ਉਠਾਉਣ ਔਰ ਜੇ ਅਗਰ ਕਿਤੇ ਕੋਈ ਪ੍ਰੋਬਲਮ ਆਉਂਦੀ ਹੈਗੀ ਹੈ ਤਾਂ ਉਹ ਸਾਨੂੰ ਦੱਸਣ। ਸਾਡੇ ਬਿੱਟੂ ਜੀ ਬੈਠੇ ਹੈਗੇ ਆ ਔਰ ਉਹ ਜੋ ਕਿ ਹਰ ਬੰਦੇ ਨੂੰ ਮਿਲਦੇ ਆ, ਹਰ ਬੰਦੇ ਦਾ ਕੰਮ ਕਰਦੇ ਆ। ਮੈਂ ਰਾਜਨ ਜਨ ਕਾਕੋਵਾਲ ਤੋਂ, ਮੈਨੂੰ ਅੱਜ ਇੱਥੇ ਸਿਮੀ ਪਸਾਨ ਜੀ ਪ੍ਰਧਾਨ ਜੀ ਨੇ ਇੱਥੇ ਪੰਜਾਬ ਪ੍ਰਦੇਸ਼ ਵਪਾਰ ਸੈੱਲ ਜ਼ਿਲ੍ਹਾ ਲੁਧਿਆਣਾ ਦਾ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਹੈ ਅਤੇ ਮੈਂ ਇਹਨਾਂ ਨੂੰ ਪੂਰਾ ਯਕੀਨ ਦਿਲਾਉਂਦਾ ਹਾਂ ਕਿ ਤਨ ਮਨ ਧਨ ਨਾਲ ਅਸੀਂ ਆਪਣੇ ਪਾਰਟੀ ਦਾ ਪੂਰਾ ਪੂਰਾ ਸਹਿਯੋਗ ਕਰਾਂਗੇ ਅਤੇ ਪਾਰਟੀ ਲਈ ਜੀ ਜਾਨ ਤੋੜ ਕੇ ਅਸੀਂ ਮਿਹਨਤ ਕਰਾਂਗੇ ਅਤੇ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਨੂੰ ਜਿਤਾਉਣ ਦੇ ਵਿੱਚ ਕੋਈ ਕਸਰ ਨਹੀਂ ਖਾਲੀ ਛੱਡਾਂਗੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।